ਜੇਕਰ ਤੁਸੀਂ ਵੀ ਰਹਿੰਦੇ ਹੋ ਕਿਸੇ ਕਿਰਾਏ ਦੇ ਮਕਾਨ ਦੇ ਵਿੱਚ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ, ਕਿਉਂਕਿ ਜਦੋਂ ਤੁਸੀਂ ਵੀ ਕਿਸੇ ਕਿਰਾਏ ਦੇ ਮਕਾਨ ਨੂੰ ਖਾਲੀ ਕਰਕੇ ਵਾਪਸ ਆਪਣੇ ਘਰ ਜਾਓਗੇ ਜਾਂ ਫਿਰ ਕਿਸੇ ਹੋਰ ਜਗ੍ਹਾ 'ਤੇ ਕਿਰਾਏ ਦਾ ਮਕਾਨ ਲਵੋਗੇ ਤਾਂ ਜੋ ਕੁਛ ਇਸ ਕੁੜੀ ਦੇ ਨਾਲ ਹੋਇਆ ਉਹ ਵੀ ਸਭ ਕੁਛ ਤੁਹਾਡੇ ਨਾਲ ਵੀ ਹੋ ਸਕਦਾ। ਇਸ ਵੀਡੀਓ ਨੂੰ ਵੇਖ ਕੇ ਵੱਡੇ ਵੱਡਿਆਂ ਦੇ ਰੋਂਗਟੇ ਖੜ੍ਹੇ ਹੋ ਗਏ ਅਤੇ ਸਮਾਂ ਆ ਗਿਆ ਇਸ ਵੀਡੀਓ ਨੂੰ ਤੁਹਾਡੇ ਨਾਲ ਵੀ ਸਾਂਝਾ ਕੀਤਾ ਜਾਏ। ਅਮਰਿੰਦਰ, ਅਸੀਂ ਤੇਰਾ ਕੀ ਵਿਗਾੜਿਆ? ਤੇਰਾ ਕੁਛ ਵਿਗਾੜਿਆ ਅਸੀਂ? ਦਰਅਸਲ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਪੂਰੀ ਵੀਡੀਓ ਕੈਨੇਡਾ ਦੀ ਹੈ, ਜਿੱਥੇ ਕਿ ਇੱਕ ਪੰਜਾਬ ਦੀ ਕੁੜੀ ਗਈ ਹੋਈ ਸੀ ਅਤੇ ਉੱਥੇ ਕੁਝ ਸਮਾਂ ਰਹੀ, ਪਰ ਜਿਵੇਂ ਹੀ ਉਹ ਮਕਾਨ ਖਾਲੀ ਕਰਕੇ ਜਾਂਦੀ ਹੈ ਤਾਂ ਪਿੱਛੋਂ ਮਕਾਨ ਮਾਲਕ ਆ ਜਾਂਦੇ ਆ ਅਤੇ ਉਸ ਤੋਂ ਬਾਅਦ ਉਸਦੀ ਇਹ ਵੀਡੀਓ ਜਿਹੜੀ ਹੈ, ਭਾਵ ਉਸਦੇ ਫਲੈਟ ਦੀ ਜਿਹੜੀ ਇਹ ਵੀਡੀਓ ਹੈ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਨੂੰ ਵੇਖ ਕੇ ਤੁਹਾਨੂੰ ਵੀ ਇੱਦਾਂ ਲੱਗਦਾ ਹੋਵੇਗਾ ਕਿ ਇੱਥੇ ਕੋਈ ਕੁੜੀ ਨਹੀਂ, ਇੱਥੇ ਕੋਈ ਇਨਸਾਨ ਨਹੀਂ, ਬਲਕਿ ਇਹ ਤਾਂ ਜਾਨਵਰਾਂ ਦੇ ਵੀ ਰਹਿਣ ਦੇ ਲਾਇਕ ਨਹੀਂ ਜਗ੍ਹਾ। ਸਿੰਕ ਦੇਖੋ ਕਿਸ ਤਰੀਕੇ ਦੇ ਨਾਲ, ਸਿੰਕ ਜਿਹੜਾ ਬਿਲਕੁਲ ਗੰਦਗੀ ਦੇ ਨਾਲ ਭਰਿਆ ਪਿਆ, ਘਰ ਦੇ ਵਿੱਚ ਕੂੜਾ ਕਰਕਟ ਤੱਕ ਵੀ ਸੁੱਟਿਆ ਗਿਆ। ਜੇਕਰ ਤੁਹਾਡਾ ਆਪਣਾ ਘਰ ਤੁਸੀਂ ਖਾਲੀ ਕਰਦੇ ਹੁੰਦੇ, ਤੁਸੀਂ ਕਿਤੇ ਜਾਣਾ ਹੁੰਦਾ ਤਾਂ ਕੀ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਅਜਿਹਾ ਹੀ ਗੰਦ ਪਾ ਕੇ ਜਾਂਦੇ ਹੋ? ਅਜਿਹਾ ਸਵਾਲ ਜਿਹੜਾ ਇਸ ਮਕਾਨ ਮਾਲਕ ਦੇ ਵੱਲੋਂ ਪੁੱਛਿਆ ਗਿਆ। ਅੱਕਦੇ ਪਾਉਂਦਿਆਂ ਜਿਹੜੇ ਮਕਾਨ ਮਾਲਕ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਪੂਰੇ ਘਰ ਦੀ ਅਤੇ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਅਤੇ ਨਾਲ ਹੀ ਨਾਲ ਇਸ ਮਕਾਨ ਦੇ ਵਿੱਚ ਗੰਦ ਪਾਉਣ ਵਾਲੀ ਇਸ ਕੁੜੀ ਦੀ ਤਸਵੀਰ ਵੀ ਜਿਹੜੀ ਇਸ ਵੀਡੀਓ ਦੇ ਉੱਤੇ ਲਗਾ ਦਿੱਤੀ ਗਈ ਅਤੇ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ? ਕੀ ਮਕਾਨ ਮਾਲਕ ਦੇ ਵੱਲੋਂ ਗਲਤ ਕੀਤਾ ਗਿਆ ਜਾਂ ਫਿਰ ਸਹੀ ਕੀਤਾ ਗਿਆ? ਆਪਣੇ ਆਪਣੇ ਵਿਚਾਰਾਂ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ। ਪਰ ਇਹ ਵੀਡੀਓ ਜਿਹੜੀ ਹੈ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ, ਕਿਉਂਕਿ ਇਸ ਵੀਡੀਓ ਤੋਂ ਬਾਅਦ ਜਿਹੜੇ ਮਕਾਨ ਮਾਲਕ ਹੈ ਉਹਨਾਂ ਦੇ ਵੱਲੋਂ ਇਸ ਕੁੜੀ ਦੇ ਮਾਪਿਆਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਕਿ ਤੁਹਾਡੇ ਮਾਪਿਆਂ ਦੇ ਵੱਲੋਂ ਤੁਹਾਨੂੰ ਇਹੀ ਪਰਵਰਿਸ਼ ਦਿੱਤੀ ਗਈ ਹੈ, ਕਿ ਇਹ ਤੁਹਾਡੇ ਮਾਪਿਆਂ ਦੇ ਸੰਸਕਾਰ ਨੇ। ਕਈ ਤਰ੍ਹਾਂ ਦੇ ਸਵਾਲ ਜਿਹੜੇ ਇਸ ਕੁੜੀ ਦੀ ਇਸ ਗਲਤੀ ਤੋਂ ਬਾਅਦ ਮਾਪਿਆਂ ਦੇ ਉੱਪਰ ਲਗਾਤਾਰ ਹੀ ਖੜ੍ਹੇ ਹੋ ਰਹੇ ਨੇ। ਤੁਹਾਨੂੰ ਕੀ ਲੱਗਦਾ, ਗਲਤੀ ਕਿਸਦੀ ਹੈ? ਕਿ ਮਕਾਨ ਮਾਲਕ ਦਾ ਵੀਡੀਓ ਬਣਾਉਣਾ ਗਲਤ ਹੈ ਜਾਂ ਫਿਰ ਤੁਸੀਂ ਇਸ ਬਾਰੇ ਵੀ ਦੱਸਿਓ ਅਤੇ ਕੁੜੀ ਦੇ ਵੱਲੋਂ ਜੋ ਹਰਕਤ ਕੀਤੀ ਗਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ? ਕਿ ਤੁਸੀਂ ਕੁਛ ਅਜਿਹਾ ਕਰਨਾ ਸਹੀ ਸਮਝਦੇ ਹੋ ਕਿ ਬਗਾਨੇ ਮੁਲਕ 'ਚ ਜਾ ਕੇ ਕਿਸੇ ਬਗਾਨੇ ਦੇ ਘਰ ਦੇ ਵਿੱਚ ਇਸ ਤਰੀਕੇ ਨਾਲ ਗੰਦ ਪਾਉਣਾ, ਬਲਕਿ ਜਿਨ੍ਹਾਂ ਨੇ ਤੁਹਾਨੂੰ ਪਨਾਹ ਦਿੱਤੀ, ਜਿਨ੍ਹਾਂ ਨੇ ਤੁਹਾਨੂੰ ਰਹਿਣ ਵਾਸਤੇ ਛੱਤ ਦਿੱਤੀ, ਉਹਨਾਂ ਦੇ ਘਰ ਦੇ ਵਿੱਚ ਅਜਿਹਾ ਕਰਨਾ ਸਹੀ ਹੈ? ਜੇਕਰ ਤੁਹਾਨੂੰ ਲੱਗਦਾ ਕਿ ਅਜਿਹਾ ਕਰਨਾ ਗਲਤ ਹੈ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਤੇ ਇਸ ਵੀਡੀਓ ਨੂੰ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਜੋ ਕੁੜੀ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ ਅਤੇ ਮੁੜ ਤੋਂ ਅਜਿਹਾ ਕੋਈ ਵੀ ਨਾ ਕਰ ਸਕੇ।